ਅੰਮ੍ਰਿਤਸਰ ਵਿੱਚ ਦਿਨ ਬ ਦਿਨ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੁੰਦੀ ਜਾ ਰਹੀ ਹੈ। ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਗੈਂਗਸਟਰ ਸ਼ਰੇਆਮ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ। ਅੱਜ ਦਿਨ ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ। ਇਸ ਦੇ ਚੱਲਦੇ ਅੰਮ੍ਰਿਤਸਰ ਮਜੀਠਾ ਰੋਡ ਦੇ ਇਲਾਕਾ 88 ਫੁੱਟ ਦੇ ਇੱਕ ਵਪਾਰੀ ਦੇ ਕੋਲੋਂ ਫਿਰੌਤੀ ਮੰਗੀ ਗਈ। ਜਦੋਂ ਉਸਨੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਕੁਝ ਘੰਟਿਆਂ ਬਾਅਦ ਗੈਂਗਸਟਰਾਂ ਦੇ ਵੱਲੋਂ ਉਸਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਇਹ ਦੋਵੇਂ ਗੈਂਗਸਟਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ, ਜਿਸ ਦੀ ਸੂਚਨਾ ਪੁਲਿਸ ਅਧਿਕਾਰੀ ਨੂੰ ਵੀ ਦਿੱਤੀ ਗਈ। ਇਸ ਦੇ ਚੱਲਦੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਗੈਂਗਸਟਰ ਗੁਮਟਾਲਾ ਬਾਈਪਾਸ ਦੇ ਕੋਲ ਘੁੰਮ ਰਹੇ ਨੇ। ਜਦੋਂ ਪੁਲਿਸ ਉਹਨਾਂ ਨੂੰ ਫੜਨ ਲੱਗੀ ਤਾਂ ਉਹਨਾਂ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਚੱਲਦੇ ਇੱਕ ਗੋਲੀ ਪੁਲਿਸ ਮੁਲਾਜ਼ਮ ਨੂੰ ਵੀ ਲੱਗੀ। ਜਦੋਂ ਜਵਾਬੀ ਹਮਲਾ ਕਰਦੇ ਹੋਏ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਇੱਕ ਗੋਲੀ ਗੈਂਗਸਟਰ ਨੂੰ ਲੱਗੀ, ਜਿਸ ਦਾ ਨਾਮ ਅਮਨ ਕੁਮਾਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦਾ ਦੂਸਰਾ ਸਾਥੀ, ਜਿਸ ਦਾ ਨਾਮ ਅਜੇ ਕੁਮਾਰ ਹੈ, ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਪੁਲਿਸ ਮੁਲਾਜ਼ਮ ਅਤੇ ਜ਼ਖਮੀ ਗੈਂਗਸਟਰ ਅਮਨ ਕੁਮਾਰ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪੁਲਿਸ ਨੇ ਇਸ ਗੈਂਗਸਟਰ ਅਮਨ ਕੁਮਾਰ ਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਦੂਸਰਾ ਸਾਥੀ ਅਜੇ ਕੁਮਾਰ ਦੇ ਪਿੱਛੇ ਪੁਲਿਸ ਦੀਆਂ ਟੀਮਾਂ ਲਗਾਤਾਰ ਪਿੱਛਾ ਕਰ ਰਹੀਆਂ ਅਤੇ ਜਲਦ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕਿਹੜੇ ਗੈਂਗਸਟਰ ਦੇ ਨਾਲ ਸੰਬੰਧ ਨੇ ਅਤੇ ਇਹਨਾਂ ਵੱਲੋਂ ਹੋਰ ਕਿੰਨੇ ਲੋਕਾਂ ਦੇ ਕੋਲੋਂ ਫਿਰੌਤੀਆਂ ਮੰਗੀਆਂ ਗਈਆਂ ਨੇ। ਹਾਂਜੀ ਸਰ, ਕੀ ਸਾਰਾ ਮਾਮਲਾ ਹੋਇਆ ਜੀ? ਹਾਂਜੀ ਮਾਮਲਾ ਦੱਸੋ ਜੀ, ਕੀ ਦੱਸੋ ਨਾ ਕੀ ਸਰ? ਕੀ ਗੱਲਬਾਤ ਹੋਈ ਆ? ਇਹ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਪੁਲਿਸ ਸਟੇਸ਼ਨ ਮਜੀਠਾ ਰੋਡ ਵਿਖੇ ਕੁਛ ਦਿਨ ਪਹਿਲਾਂ ਕਿਸੇ ਇੱਕ ਅਨੋਨੀਮਸ ਵਿਅਕਤੀ ਨੂੰ, ਜਿਹਦਾ ਅਸੀਂ ਨਾਮ ਹਜੇ ਜ਼ਾਹਰ ਨਹੀਂ ਕਰਨਾ, ਉਸ ਨੂੰ ਫੋਨ 'ਤੇ ਇੱਕ ਰੈਂਸਮ ਕਾਲ ਆਈ ਸੀ, ਜਿਸ ਵਿੱਚ ਉਹ ਤੋਂ 20 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਸੀ। ਕਰੀਬ 8 ਵਜੇ ਦੇ ਕਰੀਬ ਉਹਨੂੰ ਕਾਲ ਆਈ ਅਤੇ 10:15 ਦੇ ਦਰਮਿਆਨੇ ਟਾਈਮ ਦੇ ਵਿੱਚ ਉਹਦੇ ਘਰ ਦੇ ਬਾਹਰ 2 ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਨੇ ਹਵਾ ਦੇ ਵਿੱਚ ਉਹਦੇ ਘਰ ਦੇ ਬਾਹਰ ਗੋਲੀਆਂ ਵੀ ਚਲਾ ਕੇ ਗਏ। ਜਿਸ ਤੋਂ ਬਾਅਦ ਉਹਨਾਂ ਨੇ ਫਿਰ 2 ਦਿਨ ਬਾਅਦ ਫਿਰ ਉਹਨੂੰ ਕਾਲ ਕੀਤੀ ਵੀ ਜੋ ਤੂੰ ਖਮਿਆਜ਼ਾ ਦੇਖ ਲਿਆ ਵਾ, ਇਸ ਵਾਰ ਤਾਂ ਅਸੀਂ ਗੋਲੀਆਂ ਹਵਾ 'ਚ ਮਾਰੀਆਂ, ਅਗਲੀ ਵਾਰ ਤੇਰੇ ਗੋਲੀਆਂ ਪੈਣਗੀਆਂ। ਉਸ ਤੋਂ ਬਾਅਦ ਅਸੀਂ ਟੈਕਨੀਕਲੀ ਇਹਨਾਂ ਨੂੰ ਫੋਲੋ ਕਰਦੇ ਹੋਏ 2 ਦਿਨਾਂ ਤੋਂ ਇਨਵੈਸਟੀਗੇਸ਼ਨ ਲੱਗੇ ਹੋਏ ਸੀ। ਅੱਜ ਤੋਂ ਸਾਨੂੰ ਇਹਨਾਂ ਦੀ ਸੂਹ ਮਿਲੀ ਕਿ ਗੁਮਟਾਲਾ ਬਾਈਪਾਸ ਦੇ ਨੇੜੇ ਫਿਰਦੇ ਨੇ। ਮੈਂ ਸਮੇਤ SHO ਮਜੀਠਾ ਰੋਡ, ਇੰਚਾਰਜ ਫੈਜ਼ਪੁਰ, ਅਸੀਂ ਮੌਕੇ 'ਤੇ ਪਹੁੰਚੇ ਅਤੇ ਜਦੋਂ ਅਸੀਂ ਇਹਨਾਂ ਨੂੰ ਫੜਨ ਲੱਗੇ ਤਾਂ ਇਹਨਾਂ ਨੇ ਸਾਡੇ 'ਤੇ ਫਾਇਰ ਕੀਤਾ, ਜਿਸ ਵਿੱਚੋਂ ਇੱਕ ਗੋਲੀ ਮੇਰੇ ਰੀਡਰ ਗੁਰਜੀਤ ਉਹਦੀ ਲੱਤੇ ਵੱਜੀ ਅਤੇ ਜਦੋਂ ਅਸੀਂ ਕ੍ਰੋਸ ਫਾਇਰ ਉਹਨਾਂ 'ਤੇ ਕੀਤਾ ਤਾਂ ਉਹਨਾਂ ਦੇ ਵਿੱਚੋਂ ਇੱਕ ਮੁਜਰਮ, ਜਿਸ ਦਾ ਨਾਮ ਅਮਨ ਕੁਮਾਰ ਜੋ ਕਿ ਕਿਰਨ ਕਰੋਨੀ ਪੁਲਿਸ ਸਟੇਸ਼ਨ ਰਣਜੀਤ ਦੇਵ ਦਾ ਰਹਿਣ ਵਾਲਾ ਹੈ, ਉਸਦੇ ਪੱਟ 'ਤੇ ਗੋਲੀ ਲੱਗੀ ਹੈ ਅਤੇ ਉਸਨੂੰ ਵੀ ਅਸੀਂ ਐਡਮਿਟ ਕਰਵਾਇਆ ਅਤੇ ਜੋ ਸਾਡੇ ਮੁਲਾਜ਼ਮ ਦੀ ਗੋਲੀ ਵੱਜੀ ਉਹ ਵੀ ਐਡਮਿਟ ਕਰਵਾਇਆ। ਜੋ ਦੂਸਰਾ ਸੀਗਾ ਅਜੇ ਕੁਮਾਰ ਨਾਮ ਦਾ ਵਿਅਕਤੀ ਜੋ ਕਿ ਪੁਲਿਸ ਸਟੇਸ਼ਨ ਸਦਰ ਦਾ ਰਹਿਣ ਵਾਲਾ, ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਵਿੱਚ ਹੀ ਇੱਕ ਵੈਪਨ ਕਵਰ ਕੀਤਾ ਵਾ, ਜੋ ਅਸੀਂ ਇੱਕ ਪਰਸਨ ਅਰੈਸਟ ਕੀਤਾ ਵਾ, ਅਤੇ ਦੂਸਰਾ ਜੋ ਵੈਪਨ ਜਿਹੜਾ ਜਿਸ ਨੇ ਗੋਲੀ ਚਲਾਈ ਗਈ ਹੈ ਉਹ ਦੂਸਰਾ ਵਿਅਕਤੀ ਵੈਪਨ ਲੈ ਕੇ ਭੱਜ ਗਿਆ, ਜਿਸ ਦੇ ਪਿੱਛੇ ਟੀਮ ਲੱਗੀ ਹੋਈ ਹੈ ਅਤੇ ਉਸਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਉਸਨੂੰ ਨੈਪ ਕਰਾਂਗੇ। ਇਹ ਅਸੀਂ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਦੇ ਹਾਂ। ਐਜ਼ ਆਫ ਨਾਓ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ। ਜਦੋਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕੋਈ ਨਾਮ ਆਊਗਾ ਤਾਂ ਦੈਨ ਵੀ ਵਿਲ ਅਟੀਅਰ। ਹਜੇ ਤੱਕ ਸਾਡੀ ਇਨਵੈਸਟੀਗੇਸ਼ਨ 'ਚ ਕੋਈ ਇਹੋ ਜਿਹੀ ਗੱਲ ਨਹੀਂ ਆਈ ਜੀ। ਅਗਰ ਇਨਵੈਸਟੀਗੇਸ਼ਨ 'ਚ ਕੋਈ ਵੀ ਗੱਲ ਆਊਗੀ ਫਿਰ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ। ਉਸ ਤੋਂ ਬਾਅਦ ਸੀਸੀਟੀਵੀ ਸਾਨੂੰ ਸਾਹਮਣੇ ਆਈ ਹੈ ਜੀ, ਜੋ ਮੌਕੇ 'ਤੇ ਇਹ ਉਸਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਆਇਆ ਜਦੋਂ ਮੋਟਰਸਾਈਕਲ 'ਤੇ ਗਏ ਆ, ਉਹ ਸੀਸੀਟੀਵੀ ਸਾਡੇ ਸਾਹਮਣੇ ਆਈ ਹੈ।